ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਹਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਹਾਲ ਤਵੀਆਂ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਿਆਲੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਜਨਰਲ ਜੱਟਾਂ ਦੇ ਹਾਈ ਤੇ ਕਰ ਦੇਵਾਂਗੇ ਇਹ ਐਡ ਵੀਰੇ ਬਿਲਕੁਲ ਫ੍ਰੀ ਹੈ ਬਿਨਾ ਕਿਸੇ ਕਮਿਸ਼ਨ ਤੋਂ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਮਹਿੰਦਰਾ 585 ਡੀਆਈ ਟਰੈਕਟਰ ਹੈ ਜੌਂਡੀਅਰ 5050 ای ਟਰੈਕਟਰ ਹੈ ਮੈਸੀ 5245 ਟਰੈਕਟਰ ਹੈ 16 ਫੁੱਟਾ ਟਰਾਲਾ ਵੀਰੇ ਇੱਕ ਡੀਜ਼ਲ ਟੈਂਕ ਹੈ ਤੇ ਇੱਕ ਸਪਲੈਂਡਰ ਮੋਟਰਸਾਈਕਲ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਆਂ ਮਹਿੰਦਰਾ ਟਰੈਕਟਰ ਬਾਰੇ ਮਹਿੰਦਰਾ 585 ਟਰੈਕਟਰ ਹੈ ਵੀਰੇ 1999 ਮਾਡਲ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਵੀਰੇ ਗੁਡਇਰ ਕੰਪਨੀ ਦੇ ਪੂਰੀ A ਕਲਾਸ ਕੰਡੀਸ਼ਨ ਦੇ ਵਿੱਚ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਜਿੱਥੋਂ ਉਤਰਿਆ ਨਹੀਂ ਜਿੱਥੋਂ ਦੁਬਾਰਾ ਨਹੀਂ ਹੋਇਆ ਬਿਲਕੁਲ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਇੰਜਨ ਪੰਪ ਗੀਅਰ ਟਰੈਕਟਰ ਦਾ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਸੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਇੰਜਨ ਚ ਪ੍ਰੋਬਲਮ ਨਹੀਂ ਪੂਰੀ ਓਕੇ ਕੰਡੀਸ਼ਨ ਹੈ ਇਕਦਮ ਸਿੱਕੇਬੰਦ ਟਰੈਕਟਰ ਹੈ ਏਰੀਆ ਵੀਰੇ ਮਹਿਤਾ ਪਿੰਡ ਹੈ ਵੀ ਰੰਦਾ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 2,40,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਜੌਂਡੀਅਰ ਟਰੈਕਟਰ ਦਿਖਾ ਰਹੇ ਹਾਂ ਜੌਂਡੀਅਰ 5050 ای ਟਰੈਕਟਰ ਹੈ ਵੀਰੇ 2014 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦਾ ਵੀ ਜੋ ਟਰੈਕਟਰ ਹੈ ਟੈਕਸਟੀ ਟਾਇਰ ਨੇ 80 85 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਬਾਡੀ ਚਾਸੀ ਲੈਂਕਾਂ ਦਾ ਪੇਂਟ ਵੀਰੇ ਸਾਰਾ ਨਾਲ ਦਾ 오ਰੀਜినਲ ਪੇਂਟ ਹੈ ਟਰੈਕਟਰ ਦਾ ਕਿਤੇ ਪੇਂਟ ਉਤਰਿਆ ਨਹੀਂ ਕਿਤੇ ਦੁਬਾਰਾ ਨਹੀਂ ਹੋਇਆ ਸਾਰਾ 오ਰੀਜినਲ ਟਰੈਕਟਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ 1400 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਇੱਕਦਮ ਸਿੱਕੇ ਬੰਦ ਹੈ ਕਿਤੇ ਚਾਬੀ ਤੱਕ ਨਹੀਂ ਲੱਗੀ ਟਰੈਕਟਰ ਦੇ ਇੰਜਨ ਪੰਪ ਗੇਅਰ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਇਕਦਮ ਸ਼ੋਰੂਮ ਕੰਡੀਸ਼ਨ ਹੈ ਵੀਰੇ ਰੰਗ ਪੇਂਟ ਕਨੀਓ ਵੀ ਇੰਜਨ ਵਗੈਰਾ ਕਨੀਓ ਵੀ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਏਰੀਆ ਵੀਰੇ ਬਠਿੰਡਾ ਏਰੀਆ ਵੀਰਾਂ ਦਾ ਪੰਜਾਬ ਨੰਬਰ ਟਰੈਕਟਰ ਹੈ ਉੱਥੇ ਬਠਿੰਡੇ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 5 ਲੱਖ ਤੇ 40000 ਰੁਪਇਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਸਿੱਧਾ ਖਰੀਦ ਸਕਦਾ ਹਾਂ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਮੈਸੀ ਟ੍ਰੈਕਟਰ ਦਿਖਾ ਰਹੇ ਹਾਂ ਮੈਸੀ ਫਰਗੂਸਨ 5245 ਟ੍ਰੈਕਟਰ ਹੈ ਵੀਰੇ ਮਹਾਮਹਾਨ ਮਾਡਲ ਹੈ 2009 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਹੈ ਟ੍ਰੈਕਟਰ ਦੇ ਟਾਇਰ ਨੇ 55 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬਾਡੀ ਜਿਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਵੀਰੇ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਟਰੈਕਟਰ ਦਾ ਕਿਤੋਂ ਦੁਬਾਰਾ ਪੇਂਟ ਨਹੀਂ ਹੋਇਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੀਅਰ ਦੀ ਗੱਲ ਕਰੀਏ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੀਅਰ ਹੈ ਫਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਬਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਪੂਰਾ ਵਧੀਆ ਟਰੈਕਟਰ ਪਿਆ ਵੀਰੇ ਕੋਈ ਬਲੋ ਨਹੀਂ ਮਾਰਦਾ ਕੋਈ ਇੰਜਨ ਨਹੀਂ ਡਾਊਨ ਪੂਰੀ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਤਰਨਤਾਰ ਨੇਰੀਆ ਵੀਰਾਂ ਦਾ ਉੱਥੇ ਇਹ ਟਰੈਕਟਰ ਖੜਾ ਹੈ ਇਪਲੀ ਕੀਮਤ ਰੱਖੀ ਗਈ ਹੈ 3,25,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਹੈ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਿਹ ਤੁਹਾਨੂੰ ਮੋਟਰਸਾਈਕਲ ਦਿਖਾ ਰਹੇ ਆਂ ਹੀਰੋ ਹੋਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਹੈ ਵੀਰੇ 2011 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ ਨਵੇਂ ਟਾਇਰ ਨੇ ਬਿਲਕੁਲ ਵੀਰੇ ਟਾਇਰ ਟਿਊਬਾਂ ਬਿਲਕੁਲ ਨਵੇਂ ਨੇ ਨਵੀਂ ਬੈਟਰੀ ਲੱਗੀ ਹੋਈ ਹੈ ਪੂਰੀ ਓਕੇ ਕੰਡੀਸ਼ਨ ਹੈ ਸਾਰਾ オリジナル ਮੋਟਰਸਾਈਕਲ ਹੈ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਐਕਸੀਡੈਂਟਡ ਨਹੀਂ ਕੋਈ ਡੈਮੇਜ ਨਹੀਂ ਵੀਰੇ ਸਾਰਾ オリジナル ਹੈ ਕਿਦੋਂ ਵੀਰੇ ਡੈਂਟਰੀ ਮੋਟਰਸਾਈਕਲ ਦੇ ਵਿੱਚ ਪੂਰੀ ਓਕੇ ਕੰਡੀਸ਼ਨ ਹੈ ਚੇਨ ਸੈੱਟ ਵਗੈਰਾ ਸਭ ਓਕੇ ਹੈ ਵੀਰੇ ਕੋਈ ਕਮੀ ਪੇਛੀ ਨਹੀਂ ਸਰਵਿਸ ਵਗੈਰਾ ਸਾਰੀਆਂ ਟਾਈਮ ਤੇ ਸਰਵਿਸ ਹੋਈ ਹੈ ਵੀਰੇ ਬਿਲਕੁਲ ਵਧੀਆ ਏਵਰੇਜ ਹੈ ਕੋਈ ਸਟਾਰਟਿੰਗ ਪ੍ਰੋਬਲਮ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਪੰਜਾਬ ਨੰਬਰ ਮੋਟਰਸਾਈਕਲ ਹੈ ਵੀਰੇ ਚਿੱਪ ਵਾਲੀ ਆਰਸੀ ਹੈ ਪੂਰੀ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਫੋਕਲ ਪੁਆਇੰਟ ਲੁਧਿਆਣਾ ਏਰੀਆ ਵੀਰਾਂ ਦਾ ਉੱਥੇ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਦੀ ਕੀਮਤ ਵੀਰੇ 33000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ ਸਾਰਾ オリジナル ਮੋਟਰਸਾਈਕਲ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਥੈਂਕ ਯੂ ਨਾਲ ਹੀ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪੇ ਤੁਹਾਨੂੰ ਡੀਜ਼ਲ ਟੈਂਕ ਦਿਖਾ ਰਹੇ ਹਾਂ 2015 ਮਾਡਲ ਡੀਜ਼ਲ ਟੈਂਕ ਹੈ ਵੀਰੇ 1500 ਲੀਟਰ ਕੈਪੈਸਿਟੀ ਦਾ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਡੀਜ਼ਲ ਟੈਂਕ ਹੈ ਵੀਰੇ 10 ਜੀ ਦੀ ਜਾਦਰ ਦਾ ਬਣਿਆ ਹੋਇਆ ਹੈ ਪੂਰੀ ਹੈਵੀ ਕੁਆਲਿਟੀ ਦਾ ਬਹੁਤੀ ਘੱਟ ਯੂਜ਼ ਕੀਤਾ ਹੋਇਆ ਡੀਜ਼ਲ ਟੈਂਕ ਹੈ ਵੀਰੇ ਬਿਰਾਨੇ ਖੇਤੀ ਦਾ ਕੰਮ ਛੱਡਾ ਹੋਇਆ ਇਸ ਕਰਕੇ ਵੀਰੇ ਬਹੁਤ ਹੀ ਘੱਟ ਰੂਸ ਕਰਦੇ ਸੀ ਪੂਰੀ ਓਕੇ ਕੰਡੀਸ਼ਨ ਹੈ ਬਿਲਕੁਲ ਨਵਾਂ ਟੈਂਕ ਹੈ ਵੀਰੇ ਕੋਈ ਕਿਤੇ ਜਰਨੀ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਉਹ ਲੀਕ ਸੀਕ ਨਹੀਂ ਪੂਰੀ ਵਧੀਆ ਏ ਕਲਾਸ ਕੰਡੀਸ਼ਨ ਪਈ ਹੈ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਹੈ ਵੀਰੇ ਪੂਰਾ ਵਧੀਆ ਟੌਪ ਕਲਾਸ ਦਾ ਹੈਵੀ ਕੁਆਲਿਟੀ ਦਾ ਹਿੱਸਾ ਲੱਗਿਆ ਹੋਇਆ ਹੈ ਪੂਰੇ ਵਧੀਆ ਟਾਇਰ ਵਗੈਰਾ ਨੇ 80 ਕੇ ਪੈਸੇ ਟਾਇਰ ਪਏ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਪੂਰੀ ਓਕੇ ਕੰਡੀਸ਼ਨ ਟੈਂਕ ਦੀ ਹੈ ਕੋਈ ਟੁੱਟਪੱਜ ਡੈਮੇਜ ਕੁਝ ਨਹੀਂ ਵੀਰੇ। ਏਰੀਆ ਵੀਰੇ ਸਾਦਿਕ ਦੇ ਲਾਗੇ ਪਿੰਡ ਹੈ ਵੀਰਾਂ ਦਾ। ਜ਼ਿਲ੍ਹਾ ਫਰੀਦਕੋਟ ਉੱਥੇ ਟੈਂਕ ਖੜਾ ਹੈ। ਟੈਂਕ ਦੀ ਕੀਮਤ ਰੱਖੀ ਗਈ ਹੈ ਵੀਰੇ 50000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ। ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟੈਂਕ ਤੁਸੀਂ ਖਰੀਦ ਸਕਦੇ ਹੋ। ਬਿਲਕੁਲ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਡੀਜ਼ਲ ਟੈਂਕ ਹੈ ਵੀਰੇ। ਥੈਂਕ ਯੂ। ਹਾਂਜੀ ਵੀਰੇ ਆਪਾਂ ਇਹਦੇ ਤੋਂ ਟਰਾਲਾ ਦਿਖਾ ਰਹੇ ਹਾਂ। 16x7 ਫੁੱਟਾ ਟਰਾਲਾ ਹੈ ਵੀਰੇ 2019 ਮਾਡਲ। ਬਿਲਕੁਲ ਨਵਾਂ ਟਰਾਲਾ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਡਬਲ ਲੈਫਟ ਪੰਪ ਲੱਗਿਆ ਹੋਇਆ ਹੈ ਪੂਰੀ ਹੈਵੀ ਕੁਆਲਿਟੀ ਦਾ ਡਬਲ ਬੱਤਾ ਪੂਰੀ ਹੈਵੀ ਕੁਆਲਿਟੀ ਦੀ ਕੈਂਚੀ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਹੈ 10 ਨਟਾਂ ਵਾਲੀ ਹੱਬ ਹੈ 10 ਇੰਚੀ ਜੱਸੀ ਹੈ ਰੇਲ ਦਾ ਧੁਰਾ ਮੱਛੀ ਹੁੱਕ ਹੈ ਪੂਰੀ ਏ ਕਲਾਸ ਕੰਡੀਸ਼ਨ ਹੈ ਵੀਰੇ ਫਰਸ਼ ਚਾਦਰ ਦੀ ਗੱਲ ਕਰੀਏ ਵੀਰੇ ਪੂਰਾ ਹੈਵੀ ਕੁਆਲਿਟੀ ਦੀ ਫਰਸ਼ ਚਾਦਰ ਲੱਗੀ ਹੋਈ ਹੈ ਕਿਤੇ ਕੋਈ ਡੈਂਟ ਨਹੀਂ ਕਿਤੇ ਕੋਈ ਸਕਰੈਚ ਤੱਕ ਨਹੀਂ ਟਰਾਲੇ ਤੇ ਬਿਲਕੁਲ ਨਵਾਂ ਟਰਾਲਾ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਹੈ ਪੂਰੀ ਹੈਵੀ ਕੁਆਲਿਟੀ ਦਾ ਟਰਾਲਾ ਬਣਿਆ ਹੋਇਆ ਹੈ 2.5 ਫੁੱਟੇ ਬਿੱਡੇ ਨਾਲ ਪੂਰੇ ਹੈਵੀ ਕੁਆਲਿਟੀ ਦੇ ਬਿੱਡੇ ਵੀਰੇ ਛੋਪੜੀ ਵਾਲੀ ਪਾਈਪ ਲੱਗੀ ਹੋਈ ਹੈ ਪੂਰੀ ਓਕੇ ਕੰਡੀਸ਼ਨ ਹੈ ਐਸੈਸਰੀ ਵੀਰੇ ਟੋਟਲ ਐਸੈਸਰੀ ਲੱਗੀ ਹੋਈ ਹੈ LED ਲਾਈਟਸ ਵਗੈਰਾ ਲੱਗੀਆਂ ਹੋਈਆਂ ਨੇ ਰੱਸਾ ਇਕੱਠਾ ਕਰਨ ਵਾਲੇ ਵੀਲ ਰੱਸਾ ਟਾਈਟ ਕਰਨ ਵਾਲੇ ਪੂਰੀ ਓਕੇ ਕੰਡੀਸ਼ਨ ਹੈ ਵੀਰੇ ਪੀ ਏ ਡਬਲ ਵਾਲੇ ਵੀਰਾਂ ਦੇ ਬਾਕੀ ਕੁਆਲਿਟੀ ਦਾ ਪਤੀ ਹੈ ਵੀਰੇ ਬਿਲਕੁਲ ਟੌਪ ਕਲਾਸ ਦੇ ਹੈਵੀ ਕੁਆਲਿਟੀ ਦੇ ਸੰਦ ਨੇ 50 ਪੈਸੇ ਟਾਇਰ ਨੇ ਵੀਰੇ ਡਬਲ ਟਾਇਰ ਹੈ ਬਿਲਕੁਲ ਬੇਦਾਗ ਸਾਫ ਸੁਥਰੇ ਟਰੈਰ ਨੇ ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲਾ ਵੀਰੇ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉੱਥੇ ਟਰਾਲਾ ਖੜਾ ਹੈ ਟਰਾਲੇ ਦੀ ਕੀਮਤ ਰੱਖੀ ਗਈ ਹੈ ਵੀਰੇ 235000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਰੇ ਤੁਸੀਂ ਟਰਾਲਾ ਤੁਸੀਂ ਖਰੀਦ ਸਕਦੇ ਹੋ ਹਲਕਾ ਫੁਲਕਾ ਲੈਸ ਹੋ ਜਾਊਗਾ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਤੇ ਵੀਡੀਓ ਲਾਈਕ ਕਰੇ ਨਾਲ ਵੀਰੇ ਤੁਹਾਡੇ ਨਾਲ ਸਾਨੂੰ ਰਿਸਪੌਂ ਤੇ ਸਾਨੂੰ ਇੱਕ ਮੋਟਿਵ ਮਿਲਦਾ ਵੀਰੇ ਅੱਗੇ ਵੀਡੀਓ ਲੈ ਕੇ ਆਉਂਦਾ ਕਮੈਂਟ ਬਾਕਸ ਦੇ ਵਿੱਚ ਆਪੋ ਆਪਣੀ ਕੀਮਤੀ ਸੁਝਾਵੀ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਕੀਮਤੀ ਸੁਝਾਵਾਂ ਤੇ ਵਰਕ ਕਰਕੇ ਵੀਰੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪਣੀ ਡਿਮਾਂਡ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਤੁਹਾਡੀ ਡਿਮਾਂਡ ਅਨੁਸਾਰ ਮੇਰੇ ਮਸ਼ੀਨਰੀ ਲੈ ਕੇ ਆਈਏ ਤੇ ਤੁਹਾਨੂੰ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਨਾਲ ਹੀ ਇੱਕ ਰਿਕਵੈਸਟ ਮੇਰੀ ਉਹ ਵੀਰਾਂ ਨੂੰ ਆ ਜੋ ਆਪਾਂ ਨੂੰ ਐਡ ਲਈ ਮਸ਼ੀਨਰੀ ਭੇਜਦੇ ਨੇ ਸੋ ਪਲੀਜ਼ ਵੀਰੇ ਜੋ ਵੀ ਕੁਬੀਰ ਆਪਾਂ ਨੂੰ ਸੇਲ ਲਈ ਚੀਜ਼ ਦਿੰਦਾ ਹੈ ਤਾਂ ਉਹਦਾ ਜਿਹੜਾ ਰੇਟ ਆ ਉਹ ਮਾਰਕੀਟ ਰੇਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਕਿਉਂਕਿ ਆਪਣਾ ਮੋਟਿਵ ਹੈ ਜਿਹੜਾ ਚੈਨਲ ਬਣਾਉਂਦਾ ਉਹ ਕਿਸਾਨ ਵੀਰਾਂ ਦਾ ਫਾਇਦਾ ਕਰਨਾ ਹੈ ਸੋ ਵੀਰੇ ਪਲੀਜ਼ ਰੇਟ ਉਹੀ ਰੱਖਿਆ ਕਰੋ ਜੋ ਉਹਦਾ ਮਾਰਕੀਟ ਰੇਟ ਦੇ ਹਿਸਾਬband ਹੈ ਤਾਂ ਜੋ ਕਿਸਾਨ ਵੀਰਾਂ ਲਈ ਆਪਾਂ ਚੰਗੇ ਉਪਰਾਲੇ ਲਈ ਵੀਰੇ ਜਿਹੜਾ ਚੈਨਲ ਬਣਾਇਆ ਉਸ ਤੇ ਆਪਾਂ ਖਰੇ ਉਤਰ ਸਕੀਏ ਸੋ ਥੈਂਕ ਯੂ ਵੀਰੇ ਉਮੀਦ ਕਰਦੇ ਆਂ ਤੁਸੀਂ ਆਪਾਂ ਨੂੰ ਰਿਸਪੌਂਸ ਦੇਵੋਗੇ ਥੈਂਕ ਯੂ ਵੈਰੀ ਮੱਚ ਜੜੇ ਰੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ Thank you.